दिल उखड़े दा की करिए, मना विच जे प्यार ही नहीं, सोने मुखड़े दा की करिए। सत श्री अकाल दोस्तों, पिंडा विचों पिंड विच मैं जस्सी तुहाडा बहुत बहुत स्वागत करती हाँ। तो अज असी आ पहुंचे हाँ पिंड रूपोवाल, जो कि जिला हुशियारपुर विच पैंदा है। तो अज मैं थोड़ी मुलाकात पंजाब दे बहुत ही होनहार कलाकार गायक दे नाल करा जा रही हाँ, जिन्हां दे बहुत सारे गीत लोगों के दिलों में वसे हुए हैं। आओ मुलाकात करते हैं मनजीत रूपोवालिया दे नाल। सत श्री अकाल जी, बहुत बहुत स्वागत है तुहाडा पिंडा विचों पिंड विच। थैंक यू जी, बहुत बहुत शुक्रिया जी। ते साडा प्रोग्राम वेखदे रहिंदे हो तुसी? बिल्कुल जी, बहुत वधिया ढंग नाल देखी जी। ते फिर आ पिंडा विचों पिंड वेख के तां तुहानूं वी अपने पिंड दी बड़ी याद आउंदी होणी। बिल्कुल जी, पिंड तां एक्चुअली साडा बेस है जी, उहदे नाल जुड़े रहिणा साडा वैसे वी फर्ज बणदा, ते बहुत याद आउंदी है जी। अच्छा, अपने बारे कुछ दसो, अपनी शुरुआत किद्दां होई सी? मेरी शुरुआत एक्चुअली जस्ट स्कूल दे विच्चों ही, यानी कि प्राइमरी स्कूल रूपोवाल दे विच्चों, उस तो बाद छोटी छोटी सभावां तो फिर अंबाला जट्टा हाई स्कूल दे विच एडमिशन लिया जी। उस तो बाद फिर एडमिशन लैके उत्थे प्रिंसीपल साहिबा सारे स्टाफ ने बहुत मेरा यानी कि गाउण दे विच, स्कूल की प्रेयर भी मेरे को ही हुंदी सी, ते स्कूल की हाजिरी भी मैनू ही मतलब हुक्म हुंदा सी कि तुसीं सारे स्कूल की हाजिरी लो तो बोल के। अच्छा, ते यानी कि बहुत प्यार, स्कूल दा भी प्यार और हाई स्कूल दा भी प्यार बहुत मिलया जी। बचपन तों ही शौक सीगा तुहानू सिंगिंग दा? बिल्कुल जी। ते हमेशा अग्गे रहे हो, तुसी फोर फ्रंट ते रहे हो जदों वी सिंगिंग दी गल हुंदी सी। बिल्कुल जी, मैं जिथे जिथे भी यानी कि प्राइमरी स्कूल दे विच उहदे भी मैनू टीचरां ने यानी अग्गे रख्या, जिदा सैटरडे शनिवार नू बाल सभावां लगदियां ने जां इक पीरियड ऐसा हुंदा कि उहदे विच तुसी जो भी तुहाडे च हुनर आ उह पैदा करो, दूजिआं नू दिखाओ। ਇਦਾਂ ਫਿਰ ਅੰਬਾਲਾ ਜੱਟਾਂ ਸਕੂਲ ਦੇ ਵਿੱਚ ਵੀ ਮੈਨੂੰ ਯਾਨੀ ਇਹ ਪ੍ਰੋਪਰ ਮੌਕਾ ਮਿਲਦਾ ਰਿਹਾ ਜੀ। ਤੇ ਬਚਪਨ ਚ ਤਾਂ ਨਹੀਂ ਕਦੀ ਸੋਚਿਆ ਹੋਇਆ ਕਿ ਮੈਂ ਵੱਡਾ ਹੋ ਕੇ ਇਹ ਬਣੂੰਗਾ ਜਾਂ ਇਹ ਬਣੂੰਗਾ, ਇਦਾਂ ਦੇ ਸੁਪਨੇ ਸੀਗੇ ਬਚਪਨ ਚ? ਬਚਪਨ ਦੇ ਵਿੱਚ ਤਾਂ ਮਤਲਬ ਨਹੀਂ ਸੀ, ਜਦੋਂ ਮੈਟ੍ਰਿਕ ਦੇ ਵਿੱਚ ਹੈ ਉਦੋਂ ਫਿਰ ਬੰਦਾ ਸੋਚਣ ਲਈ ਮਜਬੂਰ ਹੁੰਦਾ ਕਿ ਇਸ ਤੋਂ ਬਾਅਦ ਆਪਾਂ ਰਸਤਾ ਕਿੱਧਰ ਨੂੰ ਅਖਤਿਆਰ ਕਰਨਾ ਜਾਂ ਕਿ ਕਿਹੜੇ ਰਸਤੇ ਪੈਣਾ, ਤੇ ਉਦੋਂ ਧਿਆਨ ਚ ਆਇਆ ਸੀ ਕਿ ਗਾਇਕੀ ਹੀ ਮੇਰੇ ਲਈ ਸੂਟਡ ਹੈਗੀ ਆ। ਅੱਛਾ, ਬਚਪਨ ਵਿੱਚ ਕਿਹਦੇ ਗਾਣੇ ਸੁਣਦੇ ਹੁੰਦੇ ਸੀ? ਗਾਣੇ ਉਹਨਾਂ ਦਿਨਾਂ ਦੇ ਵਿੱਚ ਤਾਂ ਆਪਣੇ ਪੂਰਨ ਚੰਦ ਗੁਰ ਕੀ ਬਡਾਲੀ ਜੀ, ਇਹਨਾਂ ਦਾ ਤਾਂ ਮੈਂ ਸ਼ੁਰੂ ਤੋਂ ਹੀ ਮਤਲਬ ਫੈਨ ਹਾਂ, ਨੁਸਰਤ ਫਤਿਹ ਅਲੀ ਖਾਨ ਸਾਹਿਬ ਔਰ ਜਿਹੜੇ ਉਹਨਾਂ ਟਾਈਮ ਤੇ ਐਸਟੈਬਲਿਸ਼ ਸਿੰਗਰ ਸੀਗੇ ਉਹਨਾਂ ਨੂੰ ਮੈਂ ਮਤਲਬ ਵੀ ਕੋਈ ਸਿੰਗਰ ਨਹੀਂ ਸੀਗਾ ਜਿਹੜਾ ਮੈਂ ਨਹੀਂ ਸੁਣਦਾ, ਸਾਰਿਆਂ ਨੂੰ ਮੈਂ ਸੁਣਦਾ ਸੀਗਾ, ਤੇ ਸੁਣ ਕੇ ਜੋ ਚੀਜ਼ ਅੱਛੀ ਲੱਗਦੀ ਸੀ ਉਹਨੂੰ। ਸਕੂਲ ਵਿੱਚ ਵੀ ਗਾਉਂਦੇ ਸੀ, ਹਾਈ ਸਕੂਲ ਚ ਵੀ ਗਾਉਂਦੇ? ਅੱਛਾ, ਘਰ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਸੀ? ਘਰ ਦੇ ਵਿੱਚ ਐਕਚੁਅਲੀ ਸਾਡੇ ਫੈਮਿਲੀ ਦੇ ਵਿੱਚ ਕੋਈ ਮਤਲਬ ਗਾਉਣ ਦਾ ਸ਼ੌਂਕ ਨਹੀਂ ਸੀ ਕਿਸੇ ਨੂੰ, ਔਰ ਇੱਕ ਇਹਦੇ ਵਿੱਚ ਇੱਕ ਗੱਲ ਬਹੁਤ ਜਿਹੜੀ ਵਧੀਆ ਜੁੜੀ ਹੋਈ ਹੈ ਮੇਰੀ ਜ਼ਿੰਦਗੀ ਦੇ ਨਾਲ ਵੀ, ਤੇ ਮੇਰੇ ਡੈਡੀ ਦੱਸਦੇ ਸੀ ਕਿ ਮੈਂ ਜਦੋਂ ਪੈਦਾ ਵੀ ਨਹੀਂ ਹੋਇਆ ਸੀ ਉਦੋਂ ਉਹਨਾਂ ਨੇ ਇੱਕ ਹਾਰਮੋਨੀਅਮ ਵੇਚਣ ਵਾਲਾ ਆਇਆ ਗਲੀ ਦੇ ਵਿੱਚ, ਤੇ ਉਹਨਾਂ ਨੇ ਉਹਦੇ ਕੋਲੋਂ ਹਾਰਮੋਨੀਅਮ ਖਰੀਦ ਲਿਆ 50-60 ਰੁਪਏ ਦਾ, ਤੇ ਉਹ ਫਿਰ ਮਤਲਬ ਮੈਂ ਹੀ ਆਣ ਕੇ ਉਹਨੂੰ ਮਤਲਬ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਉਹ ਖਰੀਦਿਆ ਹੀ ਤੁਹਾਡੇ ਲਈ ਗਿਆ ਸੀ? ਬਿਲਕੁਲ ਜੀ। ਹਾਂ, ਤੇ ਉਸ ਤੋਂ ਬਾਅਦ ਤੁਸੀਂ ਫਿਰ ਉਹਨੂੰ ਵਜਾਣਾ? ਬਿਲਕੁਲ ਬਿਲਕੁਲ ਜੀ। ਕੁਝ ਸਿੱਖਿਆ ਤੁਸੀਂ ਕਿਸੇ ਤੋਂ, ਕਿਸੇ ਨੂੰ ਗੁਰੂ ਤਾਰਿਆ ਤੁਸੀਂ? ਮੈਂ ਇਹਦੇ ਵਿੱਚ ਮੇਰੀ ਰਾਏ ਸ਼ਾਇਦ ਦੂਜਿਆਂ ਨਾਲ ਨਾ ਮਿਲਦੀ ਹੋਵੇ, ਤੇ ਸਿੱਖਣਾ ਤਾਂ ਚਾਹੀਦਾ ਹੀ ਹੈ ਕਿਉਂਕਿ ਕੋਈ ਵੀ ਗਾਇਕੀ ਹੋਵੇ ਜਾਂ ਕੋਈ ਫੀਲਡ ਹੋਵੇ ਸਿੱਖਣ ਤੋਂ ਬਿਨਾਂ ਤਾਂ ਆਉਂਦੀ ਨਹੀਂ, ਪਰ ਮੈਂ +1 ਦੇ ਵਿੱਚ ਖਾਲਸਾ ਕਾਲਜ ਗੜ੍ਹਦੀ ਵਾਲਾ ਦੇ ਵਿੱਚ ਮੈਂ ਬਕਾਇਦਾ ਇਹਨੂੰ ਸਬਜੈਕਟ ਦੇ ਤੌਰ ਤੇ ਲਿਆ, ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਰਨ ਵਾਲੀਆ ਜੀ ਉਹਨਾਂ ਦੇ ਕੋਲੋਂ ਮੈਂ ਇਹਦੀ ਬਕਾਇਦਾ ਤਲੀਮ ਲਈ। ਪਰ ਜਿੱਦਾਂ ਜੋ ਅੱਜ ਦੇ ਦੌਰ ਮੁਤਾਬਕ ਜਿੱਦਾਂ ਉਸਤਾਦ ਕਿਸੇ ਨੂੰ ਬਣਾਇਆ ਜਾਂ ਉਹਦੇ ਪ੍ਰਤੀ ਮੇਰਾ ਥੋੜ੍ਹਾ ਜਿਹਾ ਪਤਾ ਨਹੀਂ, ਮੈਂ ਸ਼ਾਇਦ ਗਲਤ ਵੀ ਹੋਵਾਂ, ਮੇਰਾ ਉਹਦੇ ਪ੍ਰਤੀ ਥੋੜ੍ਹਾ ਇੱਦਾਂ ਦਾ ਹੈਗਾ ਧਿਆਨ ਕਿ ਅੱਜ ਦਾ ਸਮਾਂ ਕਿਸੇ ਨੂੰ ਸਿਖਾਉਣ ਦਾ ਹੈ ਨਹੀਂ ਤੇ ਨਾ ਹੀ ਕੋਈ ਸਿੱਖਣਾ ਚਾਹੁੰਦਾ, ਜੋ ਸਿਖਾਉਣਾ ਚਾਹੁੰਦੇ ਨੇ ਉਸਤਾਦ ਉਹ ਸ਼ਾਗਿਰਦ ਨਹੀਂ ਸਿੱਖਣਾ ਚਾਹੁੰਦੇ, ਜੋ ਸ਼ਾਗਿਰਦ ਚਾਹੁੰਦੇ ਨੇ ਉਹ ਉਸਤਾਦ ਨਹੀਂ ਸਿਖਾਉਣਾ ਚਾਹੁੰਦੇ। ਪਰ ਇਹਦੇ ਵਿੱਚ ਮੈਂ ਇਹ ਚੀਜ਼ ਨੂੰ ਮਤਲਬ ਕਰਦਾ ਕਿ ਜੋ ਕਿਸੇ ਇਸ ਫੀਲਡ ਦੇ ਵਿੱਚ ਕਿਸੇ ਵੀ ਢੰਗ ਦੇ ਨਾਲ ਤੁਹਾਡੀ ਕੋਈ ਮਦਦ ਕਰ ਦਿੰਦਾ ਤੁਹਾਡੇ ਫੀਲਡ ਦੇ ਵਿੱਚ, ਉਹਦਾ ਮੇਰੀ ਨਜ਼ਰ ਦੇ ਵਿੱਚ ਦਰਜਾ ਜਿਹੜਾ ਉਸਤਾਦਾਂ ਤੋਂ ਘੱਟ ਨਹੀਂ, ਚਾਹੇ ਉਹਦੀ ਉਮਰ 18 ਸਾਲ ਆ, ਚਾਹੇ 15 ਸਾਲ ਆ, 35 ਸਾਲ ਆ, ਉਮਰ ਦਾ ਕੋਈ ਲਿਹਾਜ਼ ਨਹੀਂ, ਪਰ ਇਹ ਹੈ ਵੀ ਮੇਰੀ ਨਜ਼ਰ 'ਚੋਂ ਵੀ ਉਸਤਾਦਾਂ ਤੋਂ ਘੱਟ ਨਹੀਂ ਹੈ ਜੇ, ਕਿਉਂਕਿ ਜਿਸ ਫੀਲਡ ਦੇ ਵਿੱਚ ਆਪਾਂ ਜੁੜੇ ਹੋਏ ਹਾਂ ਉਸ ਫੀਲਡ ਦੇ ਵਿੱਚ ਤੁਹਾਡੀ ਕੋਈ ਵੀ ਕਿਸੇ ਵੀ ਢੰਗ ਦੇ ਨਾਲ ਮਤਲਬ ਕੋਈ ਹੈਲਪ ਕਰਦਾ ਕਹਿ ਲਓ ਜਾਂ ਤੁਹਾਡਾ ਉਤਸ਼ਾਹਿਤ ਕਰਦਾ,
मेरी नजर च उहदा जिहड़ा दर्जा उस तादा तों घट नहीं। अच्छा पिछे बहुत सारिया ट्रॉफीज से मेडल्स देख रही हैं, किन्ने कु साल दी मेहनत दा नतीजा? एक्चुअली जदों कलाकार एस्टैब्लिश हो जांदा जी, कलाकार लोग प्यार करदे ने, उन्हां तों बाद फिर मतलब काफी ज्यादा रिस्पांस मिलदा, ऑडियंस दा रिस्पांस तो पहलों भी बहुत मिलदा मैनूं, बहुत मेरे सत्कारयोग जिन्ने भी स्रोते ने बहुत प्यार किया उन्होंने, मतलब मेरे को लफ्ज ही नहीं है, मैं किन लफ्जों का सहारा लैके मैं शुक्रिया अदा करा, मेरे कोई लफ्ज नहीं उस मेरे प्यारे प्यारे स्रोतियों वास्ते। पर एक गल जी मैं कहनी चाहना कि मैं यानी कि जो शुरुआत की उदो प्रायमरी स्कूल भी ट्रॉफिया मिलदिया रही, उस तो बाद हाई स्कूल दे विच, और सब तो जो वे सन्मान आ जानी कि प्रोफेसर मोहन सिंह मेले के 2005 के मैंने उन्होंने सन्मानित किया। प्रोफेसर मोहन सिंह मेला बहुत पंजाब का नहीं मैं तो कहना पूरे वर्ल्ड का मेला है, और उस तो बाद फिर अपने कनेडा की पार्लीमेंट ने सन्मानित किया। अच्छा तुहाडी मिसेस तुहाडे नाल ने, तुहाडी बेटी तुहाडे नाल, उहनां नाल मेरी मुलाकात कराओ। बिल्कुल जी, ये मेरे मिसी जी एडीना रूपवालिया जी, ये आस्था जी ने जी। सत श्री अकाल। फर्स्ट विच पढ़ते ने जी। अच्छा, यह तो बिल्कुल तुहाडे वर्गी लगती है। इन्हां नूं भी गाण दा शौक है? इन्हां नूं हैगा जी। हां, तुहाडे गीत गाउंदी है? मेरे भी गीत गाउंदे ने। तो जाके सुनाओगे कुछ? चलो पापा भी गाएंगे साथ में। चलो चलो, वन टू थ्री। रेंदे खुशियां मनो दे दे दर जो चुके ने जी, रेंदे खुशियां मनो दे ए दे दर जो चुके ने, ए दे होन वालियां दे, ए दे होन वालियां दे सारे फिक्र के ने, रेंदे खुशियां जी रेंदे खुशियां मनाउंदे एदे दर जो चुके ने। क्या बात है, बहुत खूब। ते तुसी दोनों नाल जांदे हो जदों मंजीत जी दे शोज़ वगैरह हुंदे ने? नहीं, कदी नहीं गए? नहीं। ते फैंस वगैरह जदों इन्हां नूं फोन करदे ने, मेल्स पांदे ने, फेसबुक ते करदे ने, तुहानूं गुस्सा नहीं आता? जेलसी नहीं होंदी? की हो रहा है? खुशी होंदी है, तुसी मतलब पूरा सपोर्ट करदे हो? हां जी बिल्कुल। तुहानूं पूरा सपोर्ट मिलता है अपनी वाइफ तो, अपने बच्चों तो? देखो जी, मैं रीना मेरे सामने बैठे ने, और मैं दुआ परमात्मा अगे जरूर करदा कि क्योंकि जिहड़ी कलाकार वाला फील्ड है ना, ये बहुत जिथों लेडीज की नफरत शुरू होंदी है उथों साडा फील्ड शुरू होंदा, और मैं दुआ करदा कि मतलब परमात्मा ने इन्नी कृपा की है कि मैंने इन्ने प्यारे वाइफ दिते। मैं ये कह रहा कि भी घट्टो घट कलाकारा नू मतलब भी एहो जी वाइफ मिले। क्या बात है। यानी मेरी दिल की तमन्ना कि जेड़ा मतलब उत्साहित भी करन, पर यानी कि आए गए दे मतलब जो भी जिदा एक कलाकार नू चाहिए ना वाइफ, ਉਹ ਮੈਨੂੰ ਪੂਰਾ ਯਾਨੀ ਕਿ ਸਪੋਰਟ ਮਿਲਦੀ ਹੈ ਜੀ। ਤੁਸੀਂ ਖੁਸ਼ਕਿਸਮਤ ਹੋ ਗਏ ਤੁਹਾਨੂੰ ਇਹਦੇ ਲਈ ਬਹੁਤ ਜ਼ਿਆਦਾ ਜੀ ਮੈਂ, ਤੇ ਤੁਸੀਂ ਵੀ ਖੁਸ਼ਕਿਸਮਤ ਹੋ ਗਏ ਤੁਹਾਨੂੰ ਇੰਨੇ ਟੈਲੈਂਟਡ ਤੇ ਇੰਨੇ ਸਮਝਣ ਵਾਲੇ ਪਤੀ ਮਿਲ ਗਏ। ਪਰ ਮੈਨੂੰ ਬਹੁਤ ਖੁਸ਼ੀ ਹੈ ਰੀਅਲੀ। ਕੀ ਬਾਤ ਹੈ। ਚਲੋ ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਮੈਂ ਸੋਚ ਰਹੀ ਸੀ ਪਿੰਡ ਵਿੱਚ ਸੈਰ ਕਰਦੇ ਕਰਦੇ ਕਰੀਏ। ਜੀ ਜੀ ਬਿਲਕੁਲ, ਚਲੀਏ ਫਿਰ। ਬਿਲਕੁਲ ਜੀ। ਹਾਂ, ਹੁਣ ਮੇਲਾ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮਨਜੀਤ ਰੂਪੋਵਾਲੀਆ ਜੀ ਦੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ। ਤੁਸੀਂ ਕਿਤੇ ਨਾ ਜਾਓ, ਵੇਖਦੇ ਰਹੋ ਪਿੰਡਾਂ ਵਿੱਚੋਂ ਪਿੰਡ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਪਿੰਡਾਂ ਵਿੱਚੋਂ ਪਿੰਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਤੇ ਅੱਜ ਅਸੀਂ ਪਿੰਡ ਦੀ ਸੈਰ ਕਰ ਰਹੇ ਹਾਂ ਮਨਜੀਤ ਰੂਪੋਵਾਲੀਆ ਜੀ ਦੇ ਨਾਲ। ਮਨਜੀਤ ਜੀ, ਤੁਸੀਂ ਆਪਣੇ ਬਚਪਨ ਬਾਰੇ ਤਾਂ ਸਾਨੂੰ ਦੱਸਿਆ। ਬਿਲਕੁਲ। ਤੇ ਉਸ ਤੋਂ ਬਾਅਦ ਪਹਿਲੀ ਐਲਬਮ ਕਦੋਂ ਆਈ, ਕਿਵੇਂ ਆਈ, ਕਿਵੇਂ ਆਗਾਜ਼ ਹੋਇਆ? ਜੀ, ਪਹਿਲੀ ਐਲਬਮ ਤਕਰੀਬਨ 98-99 ਦੇ ਨੇੜੇ ਤੇੜੇ ਆਈ ਸੀ, ਜਿਹਦਾ ਟਾਈਟਲ ਸੀਗਾ ਗਹਿਰਾਂ ਦੀ ਮਹਿੰਦੀ। ਤੇ ਉਦੋਂ ਜਲੰਧਰ ਦੂਰਦਰਸ਼ਨ ਤੇ 2-ਟਰੈਕ ਰਿਕਾਰਡਿੰਗ ਹੁੰਦੀ ਸੀ, ਤੇ ਲਿਸ਼ਕਾਰਾ ਪ੍ਰੋਗਰਾਮ ਚਾਉਣਾ ਬਹੁਤ ਵੱਡੀ ਗੱਲ ਹੁੰਦੀ ਸੀ, ਤੇ ਮੈਂ ਫਿਰ ਉਹਦੇ ਵਿੱਚ 2-ਟਰੈਕ ਰਿਕਾਰਡਿੰਗ ਮਤਲਬ ਕਰਕੇ ਆਇਆ, ਤੇ 98-99 ਦੇ ਵਿੱਚ ਮੇਰੀ ਪਹਿਲੀ ਐਲਬਮ ਹੈ। ਉਹਦਾ ਨੇਮ ਸੀਗਾ ਗਹਿਰਾਂ ਦੀ ਮਹਿੰਦੀ। ਗਹਿਰਾਂ ਦੀ ਮਹਿੰਦੀ, ਅੱਛਾ। ਤੇ ਉਹਦੇ ਕਿੱਦਾਂ ਦੇ ਗੀਤ ਸੀ? ਉਹਦੇ ਵਿੱਚ ਗੀਤ ਮਤਲਬ ਜੋ ਸਮੇਂ ਦੇ ਹਿਸਾਬ ਨਾਲ ਮਤਲਬ ਗੀਤਾਂ ਦੀ ਚੋਣ ਹੁੰਦੀ ਸੀ, ਅੱਜ ਕੱਲ੍ਹ ਟ੍ਰੈਂਡ ਹੋਰ ਹੋ ਗਿਆ, ਉਦੋਂ ਥੋੜ੍ਹਾ ਸਮਾਂ ਹੋਰ ਸੀਗਾ, ਤੇ ਉਹਦੇ ਵਿੱਚ ਵੀ ਗੀਤ ਦੀ ਚੋਣ ਮੈਂ ਸ਼ੁਰੂ ਤੋਂ ਹੀ ਕੋਸ਼ਿਸ਼ ਕੀਤੀ ਆ ਵੀ ਗੀਤਾਂ ਦੀ ਚੋਣ ਐਸੀ ਕੀਤੀ ਜਾਵੇ ਜਿਹਦੇ ਵੀ ਪਰਿਵਾਰ ਦੇ ਵਿੱਚ ਬਹਿ ਕੇ ਸੁਣੇ ਜਾ ਸਕਣ, ਮੇਰੀਆਂ ਭੈਣਾਂ ਵੀ ਸੁਣਨ, ਮੇਰੀਆਂ ਮਾਤਾਵਾਂ ਵੀ, ਬਜ਼ੁਰਗ ਵੀ ਸੁਣਨ, ਜਿਹਨੂੰ ਮੇਰੀ ਸ਼ੁਰੂ ਤੋਂ ਮੇਰੇ ਨੇਚਰ ਦੇ ਵਿੱਚ ਹੀ ਇੱਦਾਂ ਦੀ ਗੱਲ ਹੈਗੀ ਆ ਵੀ ਮੈਂ ਸ਼ੁਰੂ ਤੋਂ ਉਹ ਗੀਤ ਗਾਉਂ ਕੇ ਖੁਸ਼ ਜ਼ਿਆਦਾ ਹੁੰਦਾ, ਜਿਵੇਂ ਮੈਂ ਗੀਤ ਗਾਇਆ ਸੀ ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਮੇਰੇ ਨਾਲ ਕਰੇਗੀ ਪਿਆਰ। ਇਹ ਗੀਤ ਸੁਣਾ ਦਿਓ। ਜੀ ਜੀ। ਅੰਬਰਾਂ ਤੋਂ ਚੰਨ ਮੈਂ ਲਿਆ ਨਹੀਂ ਹੋ ਸਕਦਾ,
तारे तोड़ झोली विच पा नहीं हो सकदा, झूठा करदा नहीं कोई इकरार, करदा नहीं कोई इकरार, कच्चियां घरां दे विच वसना पहूगा जे तू मेरे नाल करेंगी प्यार, कच्चियां घरां दे विच वसना पहूगा जे तू मेरे नाल करेंगी प्यार सोनिए नी। तुहाडे घर तो असी आए ਆ, ਤੁਹਾਡਾ ਘਰ ਵੀ ਪੱਕਾ ਜੀ ਜੀ, ਇਹ ਹਵੇਲੀ ਆ ਘਰ ਵੀ ਪੱਕਾ ਜੀ ਜੀ, ਕੱਚੇ ਘਰ ਤਾਂ ਹੁਣ ਰਹੇ ਨਹੀਂ ਮੈਨੂੰ ਲੱਗਦਾ। ਐਕਚੁਅਲੀ ਮੈਂ ਵੈਸੇ ਬਹੁਤ ਖੁਸ਼ ਨਸੀਬ ਆ ਕਿਉਂਕਿ ਜਦੋਂ ਘਰ ਕੱਚੇ ਹੁੰਦੇ ਸੀ ਉਦੋਂ ਪਿਆਰ ਪੱਕੇ ਹੁੰਦੇ ਸੀ, ਅੱਜ ਕੱਲ ਦੇ ਦੌਰ ਦੇ ਵਿੱਚ ਘਰ ਪੱਕੇ ਨੇ ਪਿਆਰ ਥੋੜੇ ਥੋੜੇ ਕੱਚੇ ਹੋ ਰਹੇ ਨੇ, ਪਰ ਮੈਂ ਖੁਸ਼ ਨਸੀਬ ਆ ਕਿ ਮੇਰਾ ਘਰ ਵੀ, ਪਰਮਾਤਮਾ ਨੇ ਬਾਬਾ ਜੀ ਨੇ ਮੇਰੀ ਕਿਰਪਾ ਕੀਤੀ, ਮੇਰੇ ਸਤਿਗੁਰ ਨੇ ਮੇਰਾ ਘਰ ਵੀ ਪੱਕਾ ਤੇ ਮੇਰਾ ਪਿਆਰ ਵੀ ਪੱਕਾ। ਕੀ ਬਾਤ ਹੈ, ਟੱਚ ਹੋ ਟੱਚ ਹੋ। ਥੈਂਕ ਯੂ ਵੈਰੀ ਮਚ। ਅੱਛਾ, ਜਦੋਂ ਤੁਸੀਂ ਕਰੀਅਰ ਦੀ ਸ਼ੁਰੂਆਤ ਕੀਤੀ ਕੀ ਤੁਹਾਨੂੰ ਕਾਫੀ ਮਿਹਨਤ ਕਰਨੀ ਪਈ? ਕਿਉਂਕਿ ਜਦੋਂ ਇਨਸਾਨ ਇਸ ਇੰਡਸਟਰੀ ਜਾਂਦਾ ਹੈ ਉਹਨੂੰ ਅਪਸ ਐਂਡ ਡਾਊਨਸ ਫੇਸ ਕਰਨੇ ਪੈਂਦੇ ਨੇ, ਹਨਾ, ਕਦੀ ਬੰਦਾ ਚੜ ਜਾਂਦਾ ਹੈ ਕਦੀ ਬੰਦਾ। ਬਿਲਕੁਲ, ਐਕਚੁਅਲੀ ਸਟਰਗਲ ਤਾਂ ਕਰਨਾ ਜ਼ਰੂਰੀ ਵੀ ਹੈ ਮੇਰੀ ਨੌਲੇਜ ਦੇ ਵਿੱਚ, ਕਿਉਂਕਿ ਸਟਰਗਲ ਕਰਨ ਦੇ ਨਾਲ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਦਾ ਵੀ ਮੈਂ ਸਟਰਗਲ ਆ, ਜੇ ਨਾ ਕੀਤਾ ਹੁੰਦਾ ਹੁਣ ਮੇਰੇ ਨਾਲ ਧੋਖਾ ਹੋ ਸਕਦਾ ਸੀ। ਸਭ ਤੋਂ ਵੱਡੀ ਗੱਲ ਹੈ ਕਿ ਪਰਮਾਤਮਾ ਦੀ ਕਿਰਪਾ, ਮੈਂ ਪਰਮਾਤਮਾ ਤੇ ਬਹੁਤ ਜ਼ਿਆਦਾ ਬਿਲੀਵ ਕਰਦਾ, ਬਹੁਤ ਜ਼ਿਆਦਾ ਵਿਸ਼ਵਾਸ ਕਰਦਾ, ਉਹ ਇਸੇ ਕਰਕੇ ਕਰਦਾ ਕਿ ਮੇਰੇ ਕੋਲ ਸਬਰ, ਸਿੱਧਕ, ਸੰਤੋਖ ਹਰ ਚੀਜ਼ ਹੈਗੀ ਹੈ। ਜਿਹਦੇ ਕੋਲ ਸਬਰ ਹੈ ਉਹਨੂੰ ਹਰ ਚੀਜ਼ ਪੋਜ਼ਿਟਿਵ ਨਜ਼ਰ ਆਉਂਦੀ ਹੈ, ਤੇ ਜੇ ਇਹ ਚੀਜ਼ ਕਿਸੇ ਕੋਲ ਹੈ ਨਹੀਂ ਫਿਰ ਪਰਮਾਤਮਾ, ਜੇ ਬੰਦਾ ਸਟਰਗਲ ਕਰ ਰਿਹਾ, ਬੰਦਾ ਪਰਮਾਤਮਾ ਨੂੰ ਕੋਸੀ ਜਾਂਦਾ ਕਿਹੜੇ ਚੱਕਰਾਂ 'ਚ ਪਾ ਦਿੱਤਾ ਮੈਨੂੰ, ਵੀ ਕਿਹੜੇ ਮੈਨੂੰ ਇੰਨਾ ਸਟਰਗਲ ਕਰਨਾ ਪੈ ਰਿਹਾ, ਜਦੋਂ ਸਟਰਗਲ ਸਬਰ ਨਾਲ ਦੀ ਚੀਜ਼ ਜੁੜ ਜਾਂਦੀ ਫਿਰ ਪੋਜ਼ਿਟਿਵ ਥਿੰਗਸ ਹੋ ਜਾਂਦੀ ਹੈ ਕਿ ਮੈਂ ਸਟਰਗਲ ਨੂੰ ਵੀ ਇਸ ਢੰਗ ਦੇ ਨਾਲ ਲਿਆ ਕਿ ਪਰਮਾਤਮਾ ਨੇ ਮੇਰੇ ਲਈ ਇਹ ਬਣਾਈ ਇਸੇ ਢੰਗ ਨਾਲ, ਮੈਂ ਇਸੇ ਸਰਕਲ ਦੇ ਵਿੱਚ ਦੀ ਇਸੇ ਰਸਤੇ ਨਾਲ ਅੱਗੇ ਮੰਜ਼ਿਲ ਵੱਲ ਵਧਣਾ। ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਜਿੰਨੇ ਵੀ ਵੱਡੇ ਕਲਾਕਾਰ ਨੇ ਜਾਂ ਜਿੰਨੇ ਅੱਜ ਤੱਕ ਸਰਵਾਈਵ ਕਰ ਰਹੇ ਨੇ, ਰੁਕੇ ਹੋਏ ਨੇ, ਪਹੁੰਚੇ ਹੋਏ ਨੇ ਕਿਸੇ ਸੀੜੀ ਤੱਕ, ਮੰਜ਼ਿਲ ਤੱਕ, ਉਹਨਾਂ 'ਚ ਸਬਰ ਬਹੁਤ ਹੈ, ਸ਼ਾਂਤ ਬਹੁਤ ਨੇ, ਨਿਮਰਤਾ ਬਹੁਤ ਹੈ। ਤੇ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਮਿਲੀ ਮੈਨੂੰ ਲੱਗਿਆ ਕਿ ਕਿ ਤੁਹਾਡੇ ਗਾਣਿਆਂ ਵਿੱਚ ਜਿਹੜੀ ਝਲਕ ਹੈ ਨਾ ਉਹ ਤੁਸੀਂ ਐਜ਼ ਅ ਪਰਸਨ ਵੀ ਹੈਗੇ ਹੋ, ਮਤਲਬ ਕੁਝ ਫਰਕ ਨਹੀਂ ਨਜ਼ਰ ਆਉਂਦਾ। ਤੇ ਮੈਨੂੰ ਲੱਗਦਾ ਹੈ ਖਾਸੀਅਤ ਜਿਹੜੀ ਹੈਗੀ ਹੈ ਕਲਾਕਾਰ ਦੇ ਅੰਦਰ ਹੋਣੀ ਵੀ ਚਾਹੀਦੀ ਹੈ ਅਗਰ ਉਹਨੇ ਜ਼ਿਆਦਾ ਦੇਰ ਤੱਕ ਸਰਵਾਈਵ ਕਰਨਾ ਹੈ ਇੰਡਸਟਰੀ ਵਿੱਚ। ਵੈਸੇ ਵੀ ਇਹ ਜਿਹੜੀਆਂ ਤੁਸੀਂ, ਵੈਸੇ ਮੈਂ ਇਸ ਯੋਗ ਹੈ ਨਹੀਂ, ਤੁਸੀਂ ਇੰਨਾ ਬੜਬੜ ਅਲੰਕਾਰ ਲਾ ਰਹੇ ਨੇ ਮੇਰੇ ਵਾਸਤੇ, ਇਹ ਮੇਰੇ ਸਭ ਸਤਿਗੁਰ ਦੀ ਕਿਰਪਾ, ਮੇਰੇ ਤੇ ਬਾਬਾ ਜੀ ਦੀ ਕਿਰਪਾ ਹੋਈ ਹੈ ਜਿਨ੍ਹਾਂ ਨੇ ਮੇਰੀ ਬੋਲੀ ਬਦਲੀ, ਮੇਰਾ ਰਹਿਣ ਸਹਿਣ ਬਦਲਿਆ, ਮੇਰਾ ਖਾਣ ਪੀਣ ਬਦਲਿਆ। ਅੱਛਾ, ਜ਼ਿੰਦਗੀ ਕਿੰਨੀ ਕੁ ਬਦਲ ਗਈ ਜਦੋਂ ਤੁਸੀਂ ਸਟਾਰ ਬਣੇ? ਜ਼ਿੰਦਗੀ ਤਾਂ ਦੇਖੋ ਜੀ, ਮਤਲਬ ਵੀ ਜਦੋਂ ਬੰਦਾ ਕੋਈ ਕੈਸਟ ਹਿੱਟ ਹੁੰਦੀ ਆ ਜਾਂ ਸਰੋਤਿਆਂ ਦਾ ਪਿਆਰ ਮਿਲਦਾ ਔਰ ਰੂਹ ਦੀ ਖੁਰਾਕ ਮਿਲਦੀ ਆ ਜੋ ਇਨਸਾਨ ਚਾਹੁੰਦਾ, ਤੇ ਇੱਕ ਗੱਲ ਹੋਰ ਵੀ ਹੈ, ਬੰਦਾ ਹਰ ਤੁਸੀਂ ਸਿੰਗਰ ਨੂੰ ਪੁੱਛੋ ਕਿ ਉਹ ਮਤਲਬ ਸਾਰਾ ਕੁਛ ਐਸ਼ੋ ਆਰਾਮ ਦੇ ਸਾਧਨ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਇਹ ਲਫ਼ਜ਼ ਹੁੰਦੇ ਕਿ ਮੈਂ ਤਾਂ ਹਲ ਤੱਕ ਪਹਿਲੀ ਸੀੜੀ 'ਤੇ ਪੈਰ ਰੱਖਿਆ, ਪਰ ਮੈਨੂੰ ਪਰਮਾਤਮਾ ਨੇ ਬਹੁਤ ਦਿੱਤਾ, ਮੈਂ ਕਹਾਂ ਕਿ ਮੈਂ ਮੰਜ਼ਿਲ ਨਹੀਂ ਹਲ ਤੱਕ ਪਾਈ, ਮੰਜ਼ਿਲਾਂ ਤਾਂ ਮੈਂ ਬਹੁਤ ਪਾ ਲਈਆਂ। ਅੱਛਾ, ਉਹ ਕਿਹੜੀ ਐਲਬਮ ਸੀ ਤੇ ਕਿਹੜਾ ਗੀਤ ਸੀ ਜਦੋਂ ਤੁਹਾਨੂੰ ਲੱਗਦਾ ਕਿ ਉਹ ਗੀਤ ਜਦੋਂ ਮਾਰਕੀਟ 'ਚ ਆਇਆ ਉਦੋਂ ਲੋਕ ਮਨਜੀਤ ਰੂਪੋ ਵਾਲੀਆਂ ਦੇ ਫੈਨ ਹੋ ਗਏ, ਪਿਆਰ ਕਰਨ ਲੱਗ ਪਏ? ਬਿਲਕੁਲ ਜੀ, ਐਕਚੁਅਲੀ ਜਦੋਂ ਮੇਰੀ ਟੇਪ ਆਈ ਦਿਲ ਸੋਚ ਕੇ ਲਾਈ ਯਾਰ ਸ਼ਾਇਦ ਕੁੜੀ ਉਹੀ ਹੋਣੀ ਹੈ, ਤੇ ਉਦੋਂ ਸਰੋਤਿਆਂ ਦਾ ਇੰਨਾ ਕੁ ਜ਼ਿਆਦਾ ਰਿਸਪੌਂਸ ਮਿਲਿਆ ਮੈਨੂੰ ਕਿ ਮੈਨੂੰ ਉਮੀਦ ਨਹੀਂ ਸੀ, ਉਮੀਦ ਤੋਂ ਵੱਧ ਕੇ ਮਤਲਬ ਸਰੋਤਿਆਂ ਦਾ ਮੈਨੂੰ ਪਿਆਰ ਮਿਲਿਆ ਔਰ ਉਦੋਂ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਮਤਲਬ ਕਲਾਕਾਰ ਕੀ ਹੁੰਦਾ ਤੇ ਸਰੋਤਿਆਂ ਦਾ ਪਿਆਰ ਕੀ ਹੁੰਦਾ, ਉਦੋਂ ਮੈਨੂੰ ਨਜ਼ਰ ਆਇਆ। ਯਾਨੀ ਕਿ ਉਹ ਐਲਬਮ 'ਚੋਂ ਕੋਈ ਗੀਤ ਸੁਣਾਓਗੇ? ਬਿਲਕੁਲ ਜੀ, ਹਾਂਜੀ, ਉਹ ਸੀਗਾ ਅੱਜ ਤੂੰ ਜੀ ਦੇ ਨਾਲ ਦੋਸਤਾ ਹੱਸ ਕੇ ਨੈਣ ਮਿਲਾਉਣ ਲੱਗਾ, ਤੂੰ ਵੀ ਹਰ ਆਸ਼ਿਕ ਦੇ ਵਾਂਗੂ ਸੁਪਨੇ ਕਈ ਸਜਾਉਣ ਲੱਗਾ, ਮੇਰੇ ਕੋਲ ਬੈਠਾ ਧਰਤੀ ਤੇ ਤੂੰ ਜੀ ਦਾ ਚਿਹਰਾ ਬੋਣ ਲੱਗਾ, ਇੰਜ ਲੱਗਦਾ ਜੀ ਨੇ ਮੈਂ ਪਟਿਆ, ਤੂੰ ਵੀ ਉਹਨੂੰ ਚਾਹੁਣ ਲੱਗਾ, ਉਹਨੇ ਮੇਰੇ ਵਾਂਗੂ ਤੇਰੀ ਵੀ ਰਾਤਾਂ ਦੀ ਨੀਂਦ ਰਖੋਹੀ ਹੋਣੀ ਐ, ਦਿਲ ਸੋਚ ਕੇ ਲਾਮੀ ਯਾਰ ਸ਼ਾਇਦ ਕੁੜੀ ਉਹੀ ਹੋਣੀ ਐ। ਇਸ ਗੀਤ ਨੂੰ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਅੱਜ ਤੱਕ ਵੀ ਸਰੋਤੇ ਗੀਤ ਦੀ ਡਿਮਾਂਡ ਕਰਦੇ ਆ ਔਰ ਕੋਈ ਐਸਾ ਪ੍ਰੋਗਰਾਮ ਨਹੀਂ ਮੇਰਾ ਖਿਆਲ ਹੁੰਦਾ ਕਿ ਜਦੋਂ ਮੈਂ ਇਹ ਗੀਤ ਗਾਏ ਤੋਂ ਬਿਨਾਂ ਸਟੇਜ ਤੋਂ ਥੱਲੇ ਉਤਰਿਆ ਹੋਵਾਂ। ਅੱਛਾ, ਜ਼ਿਆਦਾਤਰ ਤੁਹਾਡੇ ਗੀਤ ਕੌਣ ਲਿਖਦਾ? ਮੇਰੇ ਗੀਤ
मैनू बहुत फकर और माण है मैनू इस गल का कि मैं तकरीबन पंजाब के जिन्ने भी गीतकार ने मैनू सारे के गीत गाने का सुभाग प्राप्त हो गया और जिद गुरचरण विरक जी उन्होंने तो मतलब मैं रब वांगू पूरा पूजा करता उन्हों की और उन्होंने मेरे गीत ही नहीं लिखे मेरे वास्ते आ गीत उन्होंने ही कच्चे घर बसना पेगा तो जे कहता जी नहीं लगना फिर कड़ा वापस आ जाएगी तेन बाण का मंजा नहीं चंगा लगना पढ़ा तो साउंड वाली अनेक गीत उन्होंने मेरे गीत भी मैंने दिते और मेरिया कैसटा पेशकारी भी की उन्होंने मेरिया अगे कैसटा मतलब पेशकश की और भी अपने जिमें आप गिल सुरजीत साहब और अपने दविंदर खन्ने वाला साहब और होर भी अनेक गीतकार जिन्होंने मतलब करमजीत पुरी साहब और जिदा का दौर आया बाजी मार गया बठिंडे वाला गभरू बाकी का हाल पुछ दे करमजीत पुरी जी ने गीत दिते मैनू और फतेहजीत होर सारे जिन्हें भी बिल्कुल 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 सारे के गीत गाने का मैंने सुभाग प्राप्त होया जी खुशकिस्मत हो लकी हो लकी चलो तो होर बहुत सारी गल्लां बातें करांगे बट एक छोटे जे ब्रेक तो बाद असीं वेखदे रहो पिंडा विचों पिंड छोटे जे ब्रेक तो बाद पिंडा विचों पिंड विच एक बार फिर मैं असीं तुहाडा सारिआं दा बहुत बहुत स्वागत करदी हां ते अज असीं मुलाकात कर रहे हां मनजीत रूपोवाली दे नाल ते मनजीत जी बहुत सारे शोज तुसीं करदे हो हिंदुस्तान विच पंजाब च बाहर भी बड़े शोज करदे हो बाहर शोज करके किदां दा महसूस हुंदा है उत्थे दे लोगां दा की रिएक्शन है की रिस्पोंस है किन्ना को प्यार मिलदा है उत्थे जाके बिल्कुल जी एक्चुअली बाहर जिहड़े इधर साडे पंजाबी ने यही बाहर गए हुए ने ते पर बाहर जाके भी बहुत ज्यादा प्यार मिलदा ते बाकी मैं जिन्नी बार भी बाहर गया यानी कि मेरा ख्याल है कि कोई परमात्मा की कृपा दे नाल मैं कोई मुल्क छड्या होवे यानी कि अमेरिका कनेडा इंग्लैंड या यूरोप दे वी सारे ट्रिप मतलब ये वधिया वधिया सिंगर आपां सारे इकट्ठे ग्रुप बना के आपां सारे गए हैं ते मतलब जिहड़े साडे शो आ वो भी सोल्ड आउट होए ने यानी पूजा जी अपने होर सारे सिंगर जिन्ने भी नाल गीता जैल जां जैलदार जी गिप्पी जी सारे जिन्ने भी मतलब प्रोग्रामां ते जांदे रहे आ ते बहुत ज्यादा रिस्पोंस यानी कि मिलदा रहा सानूं अच्छा अपने फैंस दे नाल किवें टच रहिंदे हो तुसीं फैंस दे नाल मैं तकरीबन मतलब कलाकार मैं जरूर परमात्मा ने मैनू कलाकारी दिती है पर मैं कलाकार घट ते इंसान दे तौर ते मैं वध विचरदा यानी कि मैं मतलब भी अपने कलाकारी एक्चुअली एक पर्दा जिहड़ा उही कलाकारी है ते उह पर्दा भी बरकरार रखदे आ और स्रोतियां दे नाल इन टच भी पूरे रहिंदे आ किते मार्केट जांदे आ तां स्रोते मिल जांदे इन्ना प्यार किते शॉपिंग मॉल च जांदे आ उत्थे पछाण लैंदे ने स्रोते प्यार करदे ने यानी कि कोई भी स्रोता अगर जिदा का रिस्पोंस चाहता मेरे को और मैं प्रॉपर उन्होंने रिस्पोंस कोशिश करता ना मैं कभी उन्होंने को कन्नी कतरा ना मैं उन्होंने अखों परोखे करदा तो यानी कि जो चाहते ने मेरे को मैं वो तो मेरी कोशिश होंगी है क्योंकि उन्होंने बनाए हुए तो आप कलाकार तो मेरी कोशिश होंगी है कि मैं किसी भी स्रोते चाहे वह बच्चा चाहे वीर आ मेरा चाहे मेरी भैन आ बजुर्ग आ मैं किसी इग्नोर करके खुश नहीं होंगे अच्छा आज ਤੁਸੀਂ ਜਿੱਥੇ ਪਹੁੰਚੇ ਹੋ ਜਿਸ ਮੁਕਾਮ ਤੇ ਪਹੁੰਚੇ ਉਹਦਾ ਸ਼੍ਰੇਅ ਤੁਸੀਂ ਕਿਹਨੂੰ ਦਿੰਦੇ ਹੋ ਉਹਦਾ ਸ਼੍ਰੇਅ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਤਿਗੁਰੂ ਨੂੰ ਦਿੰਦਾ ਹਾਂ ਜਿਨੇ ਮੈਨੂੰ ਗਾਇਕੀ ਬਖਸ਼ੀ ਆ ਔਰ ਮੈਨੂੰ ਕਿਉਂਕਿ ਗਾਇਕੀ ਤਾਂ ਕਹਿੰਦੇ ਸਿੱਧਾ ਰਿਲੇਸ਼ਨ ਪਰਮਾਤਮਾ ਦੇ ਨਾਲ ਹੁੰਦਾ ਤੇ ਪਰਮਾਤਮਾ ਨੂੰ ਵੀ ਮੈਨੂੰ ਖੁਸ਼ ਕਰਨ ਦਾ ਢੰਗ ਮਿਲਦਾ ਰਹਿੰਦਾ ਤੇ ਸਤਿਗੁਰੂ ਮੇਰੇ ਤੇ ਰੀਝੇ ਹੋਏ ਨੇ ਔਰ ਇਸ ਕਰਕੇ ਮੈਨੂੰ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਹੀ ਸ਼ੁਕਰਗੁਜ਼ਾਰ ਹਾਂ और फिर शुक्र गुजार हाँ मैं जिन्हों के घर के मैं पैदा किया सचे पातशाह ने और सारे का शुक्र गुजार हाँ जिन्होंने मैं पलकों से बिठाया अपने सिर का ताज बनाया अच्छा अगे तो की प्लैन्स ने आने वाले केड़े प्रोजेक्ट अगे प्लैन हुने हुने मेरी जस्ट एल्बम रिलीज हुई है लव फॉर एवर ते ओदे स्रोतों का बहुत ज्यादा प्यार मिलया ओदा एक आपां गीत हॉलैंड शूट किया एक आपां गीत इत्थे शूट किया एक होर अगे टर्न बाई टर्न गीत शूट कर रहे हैं ते इस टेप नू भी स्रोतों का बहुत ज्यादा प्यार मिल गया हाँ जी थोड़ा चिर हुआ रिलीज हुई ना हाँ जी ते प्लैन अगे जिहड़े एक मेरी धार्मिक टेप वो भी आ रही है यानी इदा प्लैनिंग चल रही है ने अच्छा अजकल अगर किसी टेप ने हिट होना है मार्केट विच विकना है तुहाडे अकॉर्डिंगली किहड़े ओ तीन एलीमेंट्स ने जिहड़े जरूरी ने एक्चुअली जिदा आपां हुण सर्दी दा मौसम आ कोई अपने कोई जैकट ना पा के घूमता हो लोग भी कहणगे भी इनू समझ नहीं हैगी चढ़ाई हो गया भी इन्नी ठंड आए कपड़े इन्ने किदां दे पाए हुए ने सुनने का भाव आ कि जिदा का माहौल हो जिदा की उदा का बनना मजबूरी होंगी है पर मैं एक एक नाल जिहड़ी खास गल का ध्यान ये रखदा भी मैं इस दौर के विचों लंघना तो बहुत मजबूरी है ना अपनी
पर उदे विच किते ऐसा मेरे को कोई लफ्ज ऐसा कोई वीडियो ऐसा ना कोई बन जावे जिदे करके मेरे ते कोई उंगली आवे भी आ तां उम्मीद नहीं सी आ की कर दिता। इस करके मैं कोशिश करदा कि इस दौर दे विचों लंघ जरूर रहे हां पर वधिया ढंग दे नाल लंघ के अपनी मतलब मंजिल नूं जो भी अपने गायकी दा फील्ड है इहदे प्रति आपां वधिया तों वधिया कोशिश करदे हां। तुहानूं बड़े सारे कॉम्पलीमेंट मिलदे होणगे, लोक तुहानूं बहुत प्यार करदे ने, फैंस ने तुहाडे। कोई ऐदा दा कॉम्पलीमेंट तुहानूं चेते है जिहड़ा तुहानूं किसे ने दित्ता ते तुहाडियां अखां नम हो गईआं? ਇਦਾਂ ਦੇ ਕੰਪਲੀਮੈਂਟਸ ਆ ਬਹੁਤ ਚ ਮਤਲਬ ਗਾਇਕੀ ਲਾਈਨ ਜਿਹੜਾ ਸਿੰਗਿੰਗ ਲਾਈਨ ਆ ਇਹਦੇ ਵਿੱਚ ਇਦਾਂ ਦੇ ਕਾਫੀ ਜ਼ਿਆਦਾ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਵੀ ਜਿਹਦੇ ਕਰਕੇ, ਕਿਉਂਕਿ ਆਪਾਂ ਇੱਕ ਵਾਰੀ ਮੈਨੂੰ ਯਾਦ ਹੈ ਕਿ ਕੈਨੇਡਾ ਸ਼ੋਅ ਕਰਨ ਜਾ ਰਹੇ ਸੀਗੇ ਤਾਂ ਜਿਹੜੇ ਅਸੀਂ ਹਾਲ ਦੇ ਵਿੱਚ ਸ਼ੋਅ ਕਰਨਾ ਸੀਗਾ ਬਹੁਤ ਵੱਡਾ ਸਟੇਡੀਅਮ ਸੀਗਾ ਤੇ ਉਹ ਸਾਡੀ ਕਿਤੇ ਗੱਡੀ ਰੁਕੀ ਤੇ ਇੱਕ ਬੰਦਾ ਬਹੁਤ ਭੱਜਾ ਭੱਜਾ ਸਾਡੇ ਕੋਲ ਆਇਆ, ਦੌੜਾ ਦੌੜਾ ਗੱਡੀ ਦੇ ਕੋਲ ਆ ਕੇ ਕਹਿੰਦਾ ਕਹਿੰਦਾ ਇੱਥੇ ਆਪਣੇ ਮਨਜੀਤ ਰੂਪਵਾਲੀ ਆ, ਮਿਸ ਪੂਜਾ ਦਾ ਸ਼ੋਅ ਆ, ਵੀ ਉਹ ਸਾਨੂੰ ਹਾਲ ਦਾ ਨਹੀਂ ਪਤਾ ਲੱਗਾ ਕਿਉਂਕਿ ਉਹਨੇ ਪੰਜਾਬੀ ਦੇਖ ਕੇ ਸਾਨੂੰ ਮਤਲਬ ਪੁੱਛਿਆ ਕਿ ਇੱਥੇ ਉਹਨਾਂ ਦਾ ਸ਼ੋਅ ਹੋ ਰਿਹਾ, ਵੀ ਪਲੀਜ਼ ਜਲਦੀ ਜਲਦੀ ਸਾਨੂੰ ਦੱਸਿਓ ਵੀ ਉਹ ਕਿਹੜੇ ਹਾਲ ਦੇ ਵਿੱਚ ਸ਼ੋਅ ਆ। ਉਹਨੂੰ ਨਹੀਂ ਪਤਾ ਸੀ ਅਸੀਂ ਗੱਡੀ ਦੇ ਵਿੱਚ ਬੈਠੇ ਹਾਂ ਤੇ ਜਦੋਂ ਉਹਨੇ ਸਾਨੂੰ ਦੇਖਿਆ ਗੱਡੀ ਦੇ ਵਿੱਚ ਬੈਠਿਆਂ ਨੂੰ, ਉਹ ਤਾਂ ਉਹਨੇ ਬਾਕੀ ਵੀ ਸਾਰੇ ਬੁਲਾ ਲਏ ਕਹਿੰਦੇ ਆ ਜਾਓ ਆ ਜਾਓ, ਜਿਹਨਾਂ ਨੂੰ ਦੇਖਣ ਜਾਣਾ ਉਹ ਇਸੇ ਗੱਡੀ 'ਚ ਬੈਠੇ ਆ। ਯਾਨੀ ਇਹੋ ਜਿਹੇ ਮੂਵਮੈਂਟ ਇਹੋ ਜਿਹੇ ਪਲ ਜਿਹੜੇ ਆ ਉਹ ਮਤਲਬ ਇਹ ਜਸਟ ਆਪਣੀ ਉਹਨਾਂ ਦੇ ਨਾਲ ਕੋਈ ਬਲੱਡ ਰਿਲੇਸ਼ਨ ਨਹੀਂ ਤੇ ਜਸਟ ਵੀ ਇੱਕ ਗਾਇਕੀ ਦੇ ਕਰਕੇ ਹੀ ਇੰਨਾ ਜ਼ਿਆਦਾ ਪਿਆਰ ਉਹਨਾਂ ਨੇ ਦਿੱਤਾ। ਯਾਨੀ ਉੱਥੇ ਹੀ ਉਹਨਾਂ ਨੇ ਕਿੰਨਾ ਝੁਰਮਟ ਪਾ ਲਿਆ ਗੱਡੀ ਨੂੰ, ਫਿਰ ਅਸੀਂ ਉਹਨਾਂ ਦੀਆਂ ਗੱਡੀਆਂ ਆਪਣੇ ਨਾਲ ਮਗਰ ਲਾ ਕੇ ਫਿਰ ਹਾਲ ਤੱਕ ਲੈ ਕੇ ਗਏ। ਇੱਦਾਂ ਦੀਆਂ ਹੋਰ ਵੀ ਕਈ ਦ੍ਰਿਸ਼ਟਾਂਤ ਯਾਨੀ ਕਿ ਹੁੰਦੇ ਰਹਿੰਦੇ, ਕਈ ਵਾਰ ਚੱਲਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਯਾਨੀ ਕਿ ਇੱਦਾਂ ਦੇ ਸਰੋਤਿਆਂ ਦਾ ਪਿਆਰ ਮਿਲ ਜਾਂਦਾ। ਪਿੰਡ ਵਿੱਚ ਬੜਾ ਕੁਝ ਬਦਲ ਵੀ ਗਿਆ, ਬਿਲਕੁਲ ਉਹ ਪਹਿਲੇ ਵਾਲੀ ਗੱਲ ਨਹੀਂ ਰਹੀ, ਪਰ ਫਿਰ ਵੀ ਜੋ ਤੁਸੀਂ ਬਾਹਰ ਜਾਂਦੇ ਹੋ ਮਹੀਨੇ ਲਾ ਕੇ ਆਉਂਦੇ ਹੋ ਉੱਥੇ, ਉਹ ਜਾ ਕੇ ਤੁਸੀਂ ਪਿੰਡ ਦੀਆਂ ਕਿਹੜੀਆਂ ਦੋ ਤਿੰਨ ਚੀਜ਼ਾਂ ਬਹੁਤ ਮਿਸ ਕਰਦੇ ਹੋ, ਯਾਦ ਕਰਦੇ ਹੋ? ਯਾਦਾਂ ਤਾਂ ਦੇਖੋ ਜੀ, ਜਦੋਂ ਪਿੰਡ ਦਾ ਨਾਂ ਹੀ ਆ ਜਾਂਦਾ ਤੇ ਆਟੋਮੈਟਿਕ ਜਿਹੜੀਆਂ ਪੁਰਾਣੀਆਂ ਯਾਦਾਂ ਨਿੱਕੇ ਨਿੱਕੇ ਹੁੰਦਿਆਂ ਦੀ, ਆਪਾਂ ਖੇਡਾਂ ਖੇਡੀਆਂ ਜਾਂ ਨਿੱਕੇ ਹੁੰਦਿਆਂ ਨੇ ਆਪਾਂ ਜਿੱਥੇ ਪੜ੍ਹੇ ਹਾਂ ਨਿੱਕੇ ਹੁੰਦੇ, ਜਿੱਥੇ ਆਪਾਂ ਚੁੱਲ੍ਹੇ ਤੇ ਚੌਂਕੇ ਦੇ ਵਿੱਚ ਸਾਰੇ ਭਰਾ ਮਿਲ ਕੇ ਯਾਨੀ ਇਕੱਠੇ ਹੋ ਕੇ ਖਾਣਾ ਖਾਂਦੇ ਰਹੇ ਹਾਂ, ਉਹ ਉਹਨਾਂ ਦਿਨਾਂ ਦੀਆਂ ਗੱਲਾਂ ਨੇ ਜਦੋਂ ਜਦੋਂ ਮਾਂ ਬਾਪ ਦੇ ਨਾਲ ਆਪਾਂ ਜੁੜੇ ਹੁੰਦੇ ਸੀ, ਜਦੋਂ ਆਪਣੇ ਆਪਣੇ ਪੜ੍ਹ ਲਿਖ ਗਏ, ਕੋਈ ਬ੍ਰਦਰ ਕਿਸੇ ਹੋਰ ਫੀਲਡ 'ਚ ਨੌਕਰੀ ਕਰਨ ਚਲਾ ਗਿਆ, ਕੋਈ ਬ੍ਰਦਰ ਬਾਹਰ ਚਲ ਗਏ, ਇੱਦਾਂ ਫਿਰ ਇਕੱਠੇ ਹੋਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ। ਅਤੇ ਮੈਂ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਵੀ ਜਦੋਂ ਵੀ ਆਪਾਂ ਕਿਤੇ ਪਿੰਡ ਜਾਈਏ ਤਾਂ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ, ਆਪਣੇ ਭਰਾਵਾਂ ਭੈਣਾਂ ਨੂੰ, ਅਤੇ ਇਕੱਠੇ ਹੋ ਕੇ ਆਪਾਂ ਉਸੇ ਤਰ੍ਹਾਂ ਚੁੱਲ੍ਹੇ ਦੇ ਅੱਗੇ ਬਹਿ ਕੇ ਅਤੇ ਮੰਮੀ ਸਾਡੀ ਮਦਰ ਰੋਟੀਆਂ ਬਣਾਵੇ ਅਤੇ ਅਸੀਂ ਖਾਈਏ। ਯਾਨੀ ਕਿ ਬਚਪਨ 'ਚ ਜਿਹੜਾ ਆਪਾਂ ਕਰਦੇ ਰਹੇ ਨੇ ਉਹ ਵੀ ਮੈਂ ਹੁਣ ਵੀ ਕੋਸ਼ਿਸ਼ ਕਰਦਾ ਕਿ ਉੱਦਾਂ ਦਾ ਮਾਹੌਲ, ਭਾਵੇਂ ਇੰਨੀ ਇੰਨੀ ਉਮਰ ਹੋ ਗਈ ਆ, ਹੁਣ ਵੀ ਉਹ ਮਾਹੌਲ ਕ੍ਰੀਏਟ ਕੀਤਾ ਜਾਵੇ ਤਾਂ ਕਿ ਆਪਣੇ ਮਾਂ ਬਾਪ ਦਾ ਰਿਕਾਰਡ ਵੀ ਕਰਦੇ ਰਹੀਏ ਔਰ ਉਹ ਚੀਜ਼ਾਂ ਦੇ ਨਾਲ ਜੁੜੇ ਵੀ ਰਹੀਏ। ਤੇ ਅੱਜ ਕੱਲ੍ਹ ਚੁੱਲ੍ਹੇ ਚੌਂਕੇ ਦੀ ਥਾਂ ਗੈਸ ਆ ਗਏ ਨੇ ਜਾਂ ਜੋ ਵੀ ਫੈਸਿਲਿਟੀਆਂ ਆ ਗਈਆਂ, ਬਹੁਤ ਜ਼ਰੂਰੀ ਆ, ਚਲੋ ਵਧੀਆ ਗੱਲ ਵੀ ਆ, ਲੇਕਿਨ ਇਹ ਆ ਵੀ ਉਹ ਮਾਹੌਲ ਮੈਂ ਨਾ ਜਦੋਂ ਪਿੰਡ ਜਾਂਦਾ ਮੈਂ ਉਹ ਸਿਰਜਣਾ ਚਾਹੁੰਦਾ ਹੁੰਦਾ ਵੀ ਮੇਰੇ ਬ੍ਰਦਰ ਵੀ ਇਕੱਠੇ ਹੋਣ, ਮੇਰੀਆਂ ਸਿਸਟਰ ਵੀ, ਮੈਂ ਆਲੇ ਦੁਆਲੇ ਤੋਂ ਬੁਲਾ ਲਵਾਂ ਸਾਰਿਆਂ ਨੂੰ, ਬੁਲਾ ਕੇ ਫਿਰ ਆਪਾਂ ਇਕੱਠੇ ਸਾਰੇ ਖਾਣਾ ਖਾਈਏ, ਏਦਾਂ ਦੀ ਯਾਨੀ ਕਿ। ਬਹੁਤ ਖੂਬ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਿਆ, ਤੁਸੀਂ ਟਾਈਮ ਕੱਢਿਆ ਆਪਣੀ ਪਿੰਡ ਦੀ ਸੈਰ ਕਰਾਈ। ਲੇਕਿਨ ਜਾਣ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਤੁਸੀਂ ਜਿਹੜਾ ਅੰਜਾਮ ਹੈਗਾ ਇਸ ਪ੍ਰੋਗਰਾਮ ਨੂੰ ਉਹ ਆਪਣੇ ਗੀਤ ਰਾਹੀਂ ਦਿਓ। ਬਿਲਕੁਲ ਜੀ, ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ, ਮੈਂ ਸਾਰੀ ਟੀਮ ਦਾ, ਮੇਰੇ ਕੋਈ ਲਫ਼ਜ਼ ਨਹੀਂ ਮੈਂ ਕਿਹਨਾਂ ਲਫ਼ਜ਼ਾਂ ਦੇ ਨਾਲ ਸ਼ੁਕਰੀਆ ਅਦਾ ਕਰਾਂ, ਤੁਸੀਂ ਜਿੰਨਾ ਮੈਨੂੰ ਪਿਆਰ ਦਿੱਤਾ ਹੈ ਔਰ ਜਾਂਦੇ ਹੋਏ ਮੇਰੇ ਜੋ ਦਿਲ ਦੀ ਤਮੰਨਾ ਨੇ, ਜਿਹੜੇ ਮੇਰੇ ਦਿਲ ਦੇ ਗੀਤ ਨੇੜੇ ਬਹੁਤ ਆ, ਮੈਂ ਸਾਰਿਆਂ ਵਾਸਤੇ ਕੁਝ ਮੰਗ ਮੰਗਣੀ ਚਾਹੁੰਦਾ, ਉਹ ਮੰਗ ਇਦਾਂ ਦੀ ਹੈ, ਸਭ ਲਈ ਸੁੱਖ ਦੀਆਂ ਖੈਰਾਂ ਆਓ ਗੁਰੂ ਕੋਲੋਂ ਮੰਗੀਏ, ਸਭ ਲਈ ਸੁੱਖ ਦੀਆਂ ਖੈਰਾਂ ਆਓ ਗੁਰੂ ਕੋਲੋਂ ਮੰਗੀਏ, ਬਾਗੀ ਮੌਜ ਬਹਾਰਾਂ ਆਓ ਗੁਰੂ ਕੋਲੋਂ ਮੰਗੀਏ, ਸਭ ਲਈ ਸੁੱਖ ਦੀਆਂ ਖੈਰਾਂ ਹਾਂ ਦੇਸ਼ ਵਿਦੇਸ਼ ਦੀਆਂ ਖੈਰਾਂ ਹਾਂ ਕੁੱਲ ਸੰਸਾਰ ਦੀਆਂ ਖੈਰਾਂ ਆਓ ਗੁਰੂ ਕੋਲੋਂ ਮੰਗੀਏ। ਕਿਆ ਬਾਤ ਹੈ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ, ਬੜਾ ਸੋਹਣਾ ਤੁਸੀਂ ਸੁਨੇਹਾ ਦਿੱਤਾ ਤੇ ਆਪਣੇ ਪਿੰਡ ਦੀ ਸੈਰ ਕਰਾਈ, ਥੈਂਕ ਯੂ ਸੋ ਮਚ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਐਸੀ ਮੁਲਾਕਾਤ ਮਨਜੀਤ ਰੂਪੋਵਾਲੀਆ ਦੇ ਨਾਲ। ਤੁਹਾਨੂੰ ਸਾਡਾ ਅੱਜ ਦਾ ਇਹ ਐਪੀਸੋਡ ਕਿੱਦਾਂ ਦਾ ਲੱਗਿਆ ਸਾਨੂੰ ਜ਼ਰੂਰ ਲਿਖ ਕੇ ਭੇਜਣਾ, ਤੁਹਾਡੇ ਸੁਝਾਵ, ਤੁਹਾਡਾ ਫੀਡਬੈਕ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਸਾਡਾ ਈਮੇਲ ਆਈਡੀ ਹੈ pindpind@thenetwork.com। ਅਗਲੀ ਵਾਰੀ ਇੱਕ ਹੋਰ ਸ਼ਖਸੀਅਤ ਦੇ ਨਾਲ ਮੈਂ ਜੱਸੀ ਤੁਹਾਡੀ ਮੁਲਾਕਾਤ ਕਰਾਵਾਂਗੀ, ਤਦ ਤੱਕ ਮੈਨੂੰ ਦਿਓ ਇਜਾਜ਼ਤ।